ਕੋਲ ਹੈ ਜੇ ਸਪਾਈਆ ਘੜਾ ਵਿੱਚ ਤੇ 250 ਰੁਪਏ ਖਾ ਲੈ ਬਕਾਇਆ ਕੀ ਕਰਾਂਗੇ ਅਸੀਂ ਵਾਂ ਭੁੱਖੇ ਮਾਰ ਰਹੇ ਆ ਇਸ ਟਾਈਮ ਫੈਡਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਸੀ ਕਿ ਆ ਜੋ ਯਾ ਇਨਕੋ ਇੰਟੀਮੇਟ ਕਰਤੇ ਨੋਟੀਫਿਕੇਸ਼ਨ ਦੇਤੇ ਤਾਂ ਫਿਰ ਕੋਈ ਨਾ ਕੋਈ ਪਬਲਿਕ ਆਪਣਾ ਕੋਈ ਇੰਤਜ਼ਾਮ ਕਰ ਲੈਤੀ ਲੇਕਿਨ ਯਹਾਂ ਪੇ ਕੋਈ ਪਬਲਿਕ ਕੋ ਇੰਤਜ਼ਾਮ ਪਤਾ ਕੋਈ ਨਹੀਂ ਹੈ ਜਬ ਬਿਜਲੀ ਆਈ ਤਬ ਤਬ ਇਹ ਸਿਲਸਿਲਾ ਸ਼ੁਰੂ ਹੋਗਾ ਅਭੀ ਇਹ ਕਹਿ ਰਹੇ ਕਿ 27 ਘੰਟੇ ਦਾ ਬ੍ਰੇਕ ਡਾਊਨ ਹੈ ਕਿਆ ਕਹਿ ਰਿਹਾ ਇਹ ਬਹੁਤ ਬੜਾ ਨੁਕਸਾਨ ਹੈ।